ਮੈਨੂੰ ਸੀਐਮ ਸਾਹਿਬ ਬੜਾ ਪਿਆਰ ਤੇ ਸਤਿਕਾਰ ਦਿੰਦੇ ਆ, ਮੈਂ ਉਸ ਦਾ ਕੋਈ ਬਿਆਨ ਨਹੀਂ ਕਰ ਸਕਦਾ। ਮੈਂ ਤਾਂ ਕਹਿੰਦਾ ਸਾਡੀਆਂ ਪੀੜ੍ਹੀਆਂ ਵੀ ਜਿਹੜਾ ਕੈਪਟਨ ਸਾਹਿਬ ਦਾ ਸਥਾਨ ਨਹੀਂ ਪੁੱਟ ਸਕਦੇ। ਸਾਡਾ ਹਲਾਬਾ ਬਲਕਾ ਚੌਰ ਦੇ ਪਿਛੜ ਗਿਆ ਹੈ ਪੂਰੇ ਬਲਾਚੌਰ ਹਲਕੇ ਦੇ ਵਿੱਚ। ਬੜੀ ਦੁੱਖ ਵਾਲੀ ਗੱਲ ਮੈਂ ਦੱਸਣਾ, ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਵੀ ਬੈਠੇ ਹੈ, ਸਾਡੇ ਇੱਕ ਵੀ ਸਟੇਡੀਅਮ ਨਹੀਂ ਹੈ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਜਿਹੜੇ ਖੇਡ ਕੇ ਅੱਗੇ ਵੱਧ ਸਕਣ। ਸੀਐਮ ਸਾਹਿਬ ਸਾਡੇ ਖੇਡ ਮੰਤਰੀ ਰਾਣਾ ਸੋਢੀ ਜੀ ਨੇ ਇੱਕ ਜਿਹੜਾ ਖੇਡੋ ਇੰਡੀਆ ਦੇ ਅਧੀਨ ਸਾਨੂੰ ਇੱਕ ਸਟੇਡੀਅਮ ਦਿੱਤਾ ਸੀਗਾ। ਅਸੀਂ ਸਾਰੇ ਡਾਕੂਮੈਂਟ ਪੂਰੇ ਕਰਕੇ ਪਰ ਅਜੇ ਤੱਕ ਉਹ ਕੰਮ ਚਾਲੂ ਨਹੀਂ ਹੋਇਆ। ਅੱਜ ਸਾਨੂੰ ਪੰਜਾਬ ਵੱਲੋਂ ਤੁਸੀਂ ਇੱਕ ਸਟੇਡੀਅਮ ਦੇ ਕੇ ਜਾਇਓ ਤਾਂ ਕਿ ਸਾਡੇ ਜਿਹੜੇ ਨੌਜਵਾਨ ਹੈ ਖੇਡ ਕੇ ਇਸ ਪਾਸੇ ਚੱਲ ਕੇ ਇੰਟਰਨੈਸ਼ਨਲ ਦੇ ਵਿੱਚ ਜਿਹੜਾ ਹੈਗਾ ਹਿੱਸਾ ਪਾਉਣ। ਹਲਕੇ ਦੀਆਂ ਮੈਂ ਅੱਜ ਤੋਂ 6 ਤਰੀਕ ਨੂੰ ਜਿਹੜੀ ਆ ਹੋਣੀ ਹੈ, ਮੈਂ ਸੀਐਮ ਸਾਹਿਬ ਨੂੰ ਜਾ ਕੇ ਮਿਲਿਆ ਸੀ। ਮੈਂ 4 ਸੜਕਾਂ ਜਿਹੜੀਆਂ ਹੈ, ਮੈਨੂੰ ਕੋਈ ਕਰੀਬ ਸਾਲ ਹੀ ਹੋ ਗਿਆ ਮਗਰ ਤਾਂ ਸੀਐਮ ਸਾਹਿਬ ਨੇ ਮੈਨੂੰ ਬੜੇ ਫਰਾਕ ਨਾਲ ਦਲੀਲ ਦੇ ਨਾਲ ਉਹ 4 ਸੜਕਾਂ ਜਿਹੜੀਆਂ ਹੈਗੀਆਂ 18 ਫੁੱਟਾਂ ਅਪਗ੍ਰੇਡ ਕਰਨੀਆਂ, ਮੈਨੂੰ ਪੂਰਾ ਭਰੋਸਾ ਦੇ ਦਿੱਤਾ। ਕਿਉਂ ਸਾਰੇ ਜ਼ਿਮੀਂਦਾਰ ਉੱਥੇ ਜਿਹੜੀ ਗੰਨੇ ਦੀ ਕਾਸ਼ਤ ਕਰਦੇ ਹੈ ਔਰ ਮੰਡੀਆਂ ਨੂੰ ਅਟੈਚ ਹੁੰਦੀ ਹੈ। ਸੋ ਇਹ ਜਿਹੜੀਆਂ 4 ਸੜਕਾਂ ਹੈ ਬਹੁਤ ਹੀ ਜ਼ਰੂਰੀ ਹੈ ਸੀਐਮ ਸਾਹਿਬ। ਵੈਸੇ ਤਾਂ ਤੁਸੀਂ ਮੈਨੂੰ ਉਸੀ ਦਿਨ 6 ਤਰੀਕ ਨੂੰ ਭਰੋਸਾ ਪਵਾ ਦਿੱਤਾ ਸੀਗਾ। ਮੈਂ ਵਾਰ ਵਾਰ ਉਹਨਾਂ ਮੰਗਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਪਰ ਮੇਰੇ ਕੋਲ ਰਿਹਾ ਨਹੀਂ ਜਾਂਦਾ। ਉਹ ਕਈਆਂ ਨੂੰ ਵਿਸ਼ਵਾਸ ਨਹੀਂ ਸੀਗਾ ਕਿ ਪਤਾ ਨਹੀਂ MLA ਜਾ ਕੇ ਇਹ 4 ਸੜਕਾਂ ਬਾਰੇ ਗੱਲ ਨਹੀਂ ਕਰਦੇ, ਪਰ ਮੈਂ ਤੁਹਾਨੂੰ ਸਾਰੇ ਮੇਰੇ ਸਰਪੰਚ ਭਰਾ ਬੈਠੇ ਹੈ ਉਹ 4 ਸੜਕਾਂ ਜਿਹੜੀਆਂ ਹੈਗੀਆਂ ਸੀਐਮ ਸਾਹਿਬ ਨੇ ਮੈਨੂੰ ਉੱਧਰ ਹੀ ਭਰੋਸਾ ਦੇ ਦਿੱਤਾ ਸੀਗਾ ਉਹ 4 ਦੀਆਂ 4 ਜਿਹੜੀਆਂ ਹੈਗੀਆਂ ਜਲਦੀ ਮਨਜ਼ੂਰ ਹੋ ਜਾਣ। ਜਿਹੜਾ ਬੜਾ ਚੌਰ ਇੱਕੋ ਹੀ ਕਸਬਾ ਹੈ, 206 ਪਿੰਡ ਹੈ, ਸਰਪੰਚ ਹੈ ਤੇ ਇੱਕੋ ਇੱਕ ਹੈ ਜਿਹਦੇ ਵਿੱਚ 15 ਵਾਰਡ ਹੈ। ਮੇਰੇ ਖਿਆਲ ਹੈ ਪਿੰਡਾਂ ਨਾਲੋਂ ਵੀ ਜਿਹੜੀ ਉਹਦੀ ਹਾਲਤ ਮਾੜੀ ਸੀਗੀ, ਪਰ ਅੱਜ ਮੈਂ ਬੜੇ ਫਖਰ ਦੇ ਨਾਲ ਕਹਿ ਸਕਦਾ ਤੁਸੀਂ ਉਹਨਾਂ ਨੂੰ ਸ਼ਹਿਰ ਵਾਲਾ ਜਿਹੜਾ ਹੈਗਾ ਦੇਖ ਦਿਖਾ ਦਿੱਤੀ। ਅਜੇ ਕਿ ਉੱਥੇ ਕੰਮ ਹੋਣ ਵਾਲਾ ਬਹੁਤ ਹੈ, ਇੱਕ ਬਰਸਾਤੀ ਨਾਲਾ ਹੈ ਤਾਂ ਕਿ ਉੱਥੇ ਜਿਹੜਾ ਪਾਣੀ ਜੇ ਬਰਸਾਤੀ ਦਾ ਨਿਕਾਸੀ ਨਾਲਾ ਨਹੀਂ ਬਣਦਾ ਤਾਂ ਜਿਹੜਾ ਕਦੇ ਵੀ ਜਿਹੜਾ ਬੜਾ ਚੌਰ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਪਾਣੀ ਵੜ ਸਕਦਾ ਹੈਗਾ। ਉਹ ਪਹਿਲ ਦੇ ਵਾਸਤੇ ਜਿਹੜਾ ਕਿ ਉਹ ਜਿਸ ਇਲਾਕੇ 'ਚ ਮੈਂ ਰਹਿੰਦਾ ਬੜਾ ਚੌਰ ਉੱਥੇ ਅਜੇ ਤੱਕ ਬਰਮ ਨਹੀਂ, ਅਜੇ ਤੱਕ ਗਲੀਆਂ ਨਹੀਂ ਬਣੀਆਂ। ਮੈਂ ਕਿਰਪਾ ਕਰਕੇ ਉਸ ਦਿਨ 6 ਤਰੀਕ ਨੂੰ ਹੀ ਆਪ ਜੀ ਦੀ ਬੇਨਤੀ ਕਰਕੇ ਆਇਆ ਤੇ ਸ਼ਹਿਰ ਨੂੰ ਜਿਹੜਾ ਹੈਗਾ 6 ਕਰੋੜ ਰੁਪਇਆ ਦਿਓ ਤਾਂ ਕਿ ਜਿਹੜਾ ਹੈਗਾ ਪੂਰਾ ਇਲਾਕੇ ਦਾ ਬੜਾ ਚੌਰ ਦਾ ਵਿਕਾਸ ਹੋ ਜਾਵੇ। ਇੱਕੋ ਇੱਕ ਸ਼ਹਿਰ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਜੋ ਤੁਸੀਂ ਕਹਿੰਦੇ ਜੋ ਕਿਹਾ ਉਹ ਕਰਦੇ ਹੈ। ਇੱਕ ਗੱਲ ਬੜੇ ਫਕਰ ਨਾਲ ਕਹਿ ਸਕਦਾ ਸੀਐਮ ਸਾਹਿਬ ਨੇ ਖਜ਼ਾਨੇ ਦਾ ਮੂੰਹ ਤਾਂ ਬੜਾ ਚੌਰ ਨੂੰ ਖੋਲਿਆ ਵਾ, ਪਰ ਇਹ ਕੋਈ ਝੂਠ ਵਾਲੀ ਗੱਲ ਨਹੀਂ। ਪਰ ਗੱਲ ਇਹ ਹੈ ਪਰ ਸੀਐਮ ਸਾਹਿਬ 20 ਸਾਲ ਤੋਂ ਇਸ ਪਿਛੜੇ ਇਲਾਕੇ ਨੂੰ ਕਿਸੇ ਨੇ ਦੇਖਿਆ ਨਹੀਂ। ਜੇ ਤੁਹਾਡੇ ਨਾਂ ਤੇ ਸਰਕਾਰ ਬਣੀ ਹੈ, ਮੈਨੂੰ ਯਾਦ ਹੈ ਜਦੋਂ ਕਹਿੰਦੇ ਸੀਗੇ ਜਾਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਉਸਦੇ ਅਧੀਨ ਜਿਹੜੀ ਹੈਗੀ ਹੈ ਸਰਕਾਰ ਬਣੀ ਤਾਂ ਉਹਦੇ ਵਿੱਚ ਮੈਨੂੰ 35 ਸਾਲ ਬਾਅਦ ਜਿਹੜਾ ਹੈਗਾ MLA ਬਣਨ ਦਾ ਮੌਕਾ ਮਿਲਿਆ। ਸੋ ਮੈਂ ਅੱਜ ਬੜੇ ਫਖਰ ਨਾਲ ਕਹਿ ਸਕਦਾ 35 ਸਾਲਾਂ ਬਾਅਦ ਜਿਹੜਾ ਬੜਾ ਚੌਰ ਦੀ ਤੁਸੀਂ ਨੁਹਾਰ ਬਦਲੀ ਹੈ, ਚਾਹੇ ਅਸੀਂ ਖੇਤੀਬਾੜੀ ਕਾਲਜ ਦੀ ਗੱਲ ਕਰੀਏ, ITI ਦੀ ਗੱਲ ਕਰੀਏ, ਚਾਹੇ ਸਮਾਰਟ ਸਕੂਲ ਕਹਿ ਲਈਏ, ਸਾਰੇ ਕੰਮ ਜਿਹੜੇ ਹੈਗੇ ਤੁਹਾਡੇ ਰਾਜ ਦੇ ਵਿੱਚ ਹੋਏ ਹੈ। ਸੋ ਮੈਂ ਉਮੀਦ ਕਰਦਾ ਜਿਹੜੇ ਬਕਾਇਆ ਕੰਮ ਵੀ ਹੈ ਉਹ ਵੀ ਜਿਹੜੇ ਹੈਗੇ ਸਾਡੇ ਪੂਰੇ ਹੋ ਜਾਣੇ ਹੈ। ਸੀਐਮ ਸਾਹਿਬ ਇਹ ਮੈਂ ਤੁਹਾਡੇ ਕੋਲ ਬੇਨਤੀ ਕਰਦਾ, ਜਿਹੜੀ ਇਹ ਕੰਢੀ ਕਲਾਮ ਨਹਿਰ ਹੈ ਸਾਡੇ ਕੋਲ ਤਾਂ ਜਿਹੜੀ ਤੁਸੀਂ ਅੱਜ ਬਿਜ ਦੁਆਬ ਕਈ ਦਫ਼ਾ ਦੇਖੀ ਹੈ, ਬਿਜ ਦੁਆਬੀ ਨਹਿਰ ਸਾਨੂੰ ਇੱਕ ਬੂੰਦ ਵੀ ਬੜਾ ਚੌਰੀਆਂ ਨੂੰ ਪਾਣੀ ਦਾ ਮਿਲਦਾ। ਜਲੰਧਰ ਤੱਕ ਜਿਹੜਾ ਹੈਗਾ, ਨਕੋਦਰ ਤੱਕ, ਨਵਾਂ ਸ਼ਹਿਰ ਤੱਕ ਉਹਦਾ ਪਾਣੀ ਜਿਹੜਾ ਜਾਂਦਾ ਹੈਗਾ, ਸਾਨੂੰ ਇੱਕ ਬੂੰਦ ਉਹਦੀ ਵੀ ਨਹੀਂ ਮਿਲਦੀ ਹੈਗੀ। ਵੀ ਬਾਕੀ ਸਾਡੇ ਅਵਾਰਾ ਪਸ਼ੂ ਬੜੇ ਪਸੂਰ ਬੜੇ ਹੈਗੇ ਜੰਗਲੀ ਜਾਨਵਰ ਬਾਰਾਂ ਸਿੰਘਾ, ਇਹ ਜਿਹੜੇ ਆ ਕੇ ਸਾਡੀ ਖੇਤੀ ਨੂੰ ਬਹੁਤ ਬਰਬਾਦ ਕਰਦੇ ਹੈ। ਤਾਂ ਮੈਂ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦਾ, ਪਹਿਲਾਂ ਵੀ ਤੁਸੀਂ ਕੰਢੀ ਏਰੀਏ ਨੂੰ 2 ਕਰੋੜ ਰੁਪਇਆ ਦਿੱਤਾ ਸੀਗਾ ਮੇਰੇ ਹਲਕੇ ਨੂੰ, ਉਸ ਤੋਂ ਬਾਅਦ 2 ਕਰੋੜ ਰੁਪਈਆ ਲੋਕਾਂ ਦੀਆਂ ਜਿਹੜੀਆਂ ਫਰਦਾਂ
ਜੰਗਲਾਤ ਮੈਂ ਕਿਹਾ ਤੇ ਜਮ੍ਹਾਂ ਹੋ ਗਏ ਮੀਆਂ, ਕਿਰਪਾ ਕਰਕੇ ਜਿਹੜਾ 2 ਕਰੋੜ ਰੁਪਇਆ ਜ਼ਿਮੀਦਾਰ ਭਰਾਵਾਂ ਦਾ ਬਣਦਾ ਉਹ ਜ਼ਰੂਰ ਜਿਹੜਾ ਤੁਸੀਂ ਡਿਕਲੇਅਰ ਕਰਕੇ ਜਾਇਓ ਤਾਂ ਕਿ ਸਾਨੂੰ ਜਿਹੜਾ ਹੈਗਾ ਮਿਲ ਜਾਵੇ।